ਤੇ ਸੁਲਤਾਨ ਤੇਰੇ ਵੀ ਪੈਸੇ ਨੇ ਬਾਈ, ਤੂੰ ਵੀ ਲੈ ਜੀ, ਤੇ ਜਾਫੀ ਨਿੰਦੀ ਤੇ ਅਮਨ ਦੇ ਵੀ ਨੇ ਜੀ, ਕੌਂਕਿਆਂ ਦੇ ਅਮਨ ਕੌਂਕੇ ਸਾਰੇ ਮੇਰੇ ਵੀਰ ਆ ਜਾਣ। ਰਿਜ਼ਲਟ ਦੱਸ ਦਿਓ ਜੀ ਸੰਧੂ ਸਾਹਿਬ, ਰਿਜ਼ਲਟ ਜ਼ਰੂਰ ਬੋਲੋ। ਯੁੱਧਵੀਰ ਸਿੰਘ ਜੀ ਸਾਡੇ ਐਡਵੋਕੇਟ ਸਾਹਿਬ ਰੇਤਗੜ, ਬਹੁਤ ਸਤਿਕਾਰਯੋਗ ਸ਼ਖਸੀਅਤ, ਉਹਨਾਂ ਦਾ ਸਨਮਾਨ ਸਾਡੀ ਖੇਡ ਕਲੱਬ ਵੱਲੋਂ ਕੀਤਾ ਜਾ ਰਿਹਾ। ਅਸੀਂ ਸਾਰੀਆਂ ਟੀਮਾਂ ਦਾ, ਸਾਰੇ ਖਿਡਾਰੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਸੰਧੂ ਸਾਹਿਬ ਰਿਜ਼ਲਟ ਜ਼ਰੂਰ ਆਊਟ ਕਰ ਦਿਓ। ਕੌਂਕੇ ਫਸਟ ਆ ਜੀ, ਸੈਕਿੰਡ ਬਾਬਾ ਬੁੱਢਾ ਕਲੱਬ ਵੇਗੜਾ। ਬੈਟਰ ਇੱਧਰ ਸੁਲਤਾਨ ਸ਼ਮਸਪੁਰੀ ਦਾ ਕਬਜ਼ਾ ਕਰ ਗਿਆ, ਪਿਛਲੇ ਸਾਲ ਵੀ ਉਹਦੇ ਹੀ ਰਿਹਾ, ਐਤਕੀ ਬੈਟਰ ਜਾਫੀ ਜਿਹੜਾ ਅਮਨ ਕੌਂਕਿਆਂ ਵਾਲਾ ਰਿਹਾ। ਠੀਕ ਹੈ ਜੀ, ਫੋਟੋਗ੍ਰਾਫਰ ਤੇ ਆ ਜਾਓ ਫੋਟੋਗ੍ਰਾਫਰ। ਸਰਪੰਚ ਗੁਰਦੀਪ ਸਰਦਾਰ ਸਿੰਘ ਜੀ ਰੇਤਗੜ, ਆ ਨੰਬਰ ਗੱਲ ਕਿੱਥੇ ਵੀਰ, ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਬਹੁਤ ਸਤਿਕਾਰਯੋਗ ਸ਼ਖਸੀਅਤ, ਸਾਡੇ ਨੰਬਰਾਂ ਵਾਲਾ ਵੀਰ ਗੁਰਪ੍ਰੀਤ ਤੋਂ ਆਪਣੇ ਪੈਸੇ ਲੈ ਜਾਣ ਖਿਡਾਰੀ। 3 ਤਰੀਕ ਨੂੰ ਸੱਭਿਆਚਾਰਕ ਮੇਲਾ ਸੰਦੀਪ ਲੱਦਰ ਇਸੇ ਧਰਤੀ ਤੇ, ਅਮਨ ਕੌਂਕੇ ਨਿੰਦੀ ਬੇਰੜਾ ਸੁਲਤਾਨ ਸ਼ਮਸਪੁਰ ਸਾਰੇ ਪੈਸੇ ਲੈ ਜਾਓ। ਸਤਪਾਲ ਬਾਈ ਇੱਕ ਮਿੰਟ, ਫੋਟੋਗ੍ਰਾਫਰ ਜੀ ਸਟੇਜ ਤੇ ਆਓ ਜਲਦੀ। ਸਤਪਾਲ ਬਾਈ ਜੀ, 21 ਨੰਬਰ ਜਿਹੜੇ ਕੌਂਕਿਆਂ ਦੇ ਨੇ ਬਾਬਾ ਬੁੱਢਾ ਕਲੱਬ ਬੇਨੜੇ ਦੇ, 17.5 ਨੰਬਰ ਹੈ ਇਸ ਮੁਕਾਬਲੇ ਚੋ। ਬਹੁਤ ਸਤਿਕਾਰ ਵੀਰੇ ਤੇ ਲੱਗਣਾ ਸਰਦਾਰ ਯੁੱਧਵੀਰ ਸਿੰਘ ਜੀ ਨੂੰ, ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਉਹਨਾਂ ਦਾ ਸਾਡੇ ਜਥੇਦਾਰ ਜਗੀਰ ਸਿੰਘ ਸਾਡਾ ਸਰਦਾਰੀ ਕਲੱਬ ਵੱਲੋਂ ਸਨਮਾਨ ਕੀਤਾ ਜਾ ਰਿਹਾ। ਤੇ ਗੋਲਡੀ ਬਾਈ ਅਮਰਿੰਦਰ ਤੇ ਗੁਰਨਾਲ ਬਾਈ ਇਹਨਾਂ ਵੱਲੋਂ ਬੈਸਟਰੇਟਰ ਨੂੰ ਅਗਲੇ ਐਤਕੀ ਵੀ ਮੋਟਰਸਾਈਕਲ ਦਿੱਤਾ ਗਿਆ, ਅਗਲੇ ਸਾਲ ਵੀ ਵੀਰਾਂ ਨੇ ਐਲਾਨ ਕਰ ਦਿੱਤੇ ਹੈ। ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ, ਜਿਹੜਾ ਸਾਡੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ, ਸਾਡੀ ਕਲੱਬ ਵੱਲੋਂ ਸਾਰੇ ਰੈਫਰੀ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ, ਸੋ ਭੂਮਿਕਾ ਜਿਹਨਾਂ ਨੇ ਨਿਭਾਈ। ਆਪਾਂ ਸਤਪਾਲ ਬਾਈ ਸਾਰੇ ਰੈਫਰੀਆਂ ਦਾ ਵੀ ਧੰਨਵਾਦ ਕਰਦੇ ਹਾਂ, ਬਿਲਕੁਲ ਜੀ ਬਿਲਕੁਲ, ਜਿਹਨਾਂ ਦੀ ਭੂਮਿਕਾ ਬਹੁਤ ਵਧੀਆ, ਵੱਡੀ ਭੂਮਿਕਾ ਇਹਨਾਂ ਦੀ। ਸਤਪਾਲ ਜੀ ਇੱਕ ਵੀ ਅਪੀਲ ਨਹੀਂ ਹੋਈ ਅੱਜ, ਤੁਹਾਨੂੰ ਇੱਕ ਵੀ ਅਪੀਲ ਨਹੀਂ ਹੋਈ, ਬੜੇ ਵਧੀਆ। ਸੁਲਤਾਨ ਨੇ 13 ਕਬੱਡੀਆਂ ਪਾ ਕੇ 13 ਨੰਬਰ ਪ੍ਰਾਪਤ ਕੀਤੇ ਨੇ, ਅਮਨੇ ਨੇ ਜਿਹੜੇ 7 ਟੱਚ ਲੈ ਕੇ 2 ਜੱਫੇ ਲਾਏ ਨੇ, ਅਮਨਾ ਜਿਹੜਾ ਜਾਫੀ ਦੇ, ਸੁਲਤਾਨ ਜਿਹੜਾ ਰੇਡਰ ਹੈ। ਲਾਵੀ ਸੰਦੀਪ ਇੱਕ ਮਿੰਟ ਜੀ, ਹਮੀਦੀ ਉੱਧਰ ਨਿੰਦੀ ਬੇਨੜਾ, ਰਾਜ ਖੇਪਲ, ਰਿੰਕੂ ਝਰੇੜੀ, ਇਹ ਖਿਡਾਰੀ ਆਪਣਾ ਸਨਮਾਨ ਲੈ ਜਾਣ ਮੇਰੇ ਵੀਰ। ਸੰਦੀਪ ਲੁੱਦਰ, ਨਿੰਦੀ ਬੇਨੜਾ, ਰਾਜ ਖੇਪਲ, ਰਿੰਕੂ ਝਰੇੜੀ, ਇਹਨਾਂ ਦਾ ਸਿਰੇ ਸਨਮਾਨ ਕਰਨਾ। ਗੁਰਬੀ ਜੀ ਮੇਰੇ ਕੋਲ ਆਓ, ਗੁਰਪ੍ਰੀਤ ਸੰਦੀਪ ਲੁੱਦਰ, ਰਿੰਕੂ ਝਰੇੜੀ, ਰਾਜ ਖੇਪਲ, ਨਿੰਦੀ ਬੇਨੜਾ ਆਪਣਾ ਸਨਮਾਨ ਲੈ ਜਾਣ। ਤੇ ਉਸ ਤੋਂ ਬਾਅਦ ਡਾਲੀ ਸੁਲਤਾਨ ਸ਼ਮਸਪੁਰ, ਸੰਦੀਪ ਬਸੀਆਂ, ਅਮਨ ਕੌਂਕੇ, ਨਾੜ ਝੋਟ, ਇਹ ਸਾਰੇ ਖਿਡਾਰੀ ਵੀ ਮੇਰੇ ਵੀਰ ਆਪਣਾ ਸਨਮਾਨ ਲੈ ਜਾਣ, ਬਹੁਤ ਬਹੁਤ ਧੰਨਵਾਦ। ਕਮੈਟੀ ਗਰਾਊਂਡ ਦੇ ਵਿੱਚ ਆ ਜੇ ਸਾਡਾ, ਫਿਰ ਮੋਟਰਸਾਈਕਲ ਦੇ ਪਾਲੀ ਬਾਈ ਦਾ ਬਹੁਤ ਬਹੁਤ ਧੰਨਵਾਦ, ਠੇਕੇਦਾਰ ਜੀ ਹੋਰ ਦਾ ਬਹੁਤ ਬਹੁਤ ਧੰਨਵਾਦ, ਸਾਰੀ ਕਮੇਟੀ ਗਰਾਊਂਡ ਦੇ ਵਿੱਚ। ਹਾਂਜੀ, ਕੋਈ ਮੋਟਰਸਾਈਕਲ ਦੀ ਚਾਬੀ ਕੱਢ ਕੇ ਲੈ ਗਿਆ, ਕਿਰਪਾ ਕਰਕੇ ਗੁਰਜਾਨੋ ਸਿੰਘ ਜੀ ਟਵਾਣਾ, ਜਿਹਨਾਂ ਨੇ ਅਗਲੇ ਸਾਲ ਮੋਟਰਸਾਈਕਲ ਦੇਣੇ ਨੇ, ਬਹੁਤ ਬਹੁਤ ਧੰਨਵਾਦ। ਬਾਬਾ ਸੂਬਾ ਜੀ ਬਹੁਤ ਬਹੁਤ ਧੰਨਵਾਦ ਜੀ, ਤੁਹਾਡਾ ਆਸ਼ੀਰਵਾਦ ਹੈ। ਆ ਬੈਟਰੇਟਰ ਦੇ ਮੋਟਰਸਾਈਕਲ ਦੀ ਕੋਈ ਚਾਬੀ ਕੱਢ ਕੇ ਲੈ ਗਿਆ, ਉਹ ਫੜਾ ਜਾਓ ਜਿਹਨਾਂ ਕੋਲ ਚਾਬੀ ਹੈ। ਗੁਰਪ੍ਰੀਤ ਜੀ ਮੇਰੇ ਕੋਲ ਆਓ ਤੁਸੀਂ, ਗੁਰਪ੍ਰੀਤ ਫੱਗੂ ਵਾਲਾ, ਜਸ਼ਨ ਕਿੱਥੇ ਹੋਏ ਹਾਜ਼ਰ, ਗੁਰਪ੍ਰੀਤ ਕਿੱਥੇ ਹੈ, ਗੁਰਪ੍ਰੀਤ ਮੇਰੇ ਕੋਲ ਆਓ, ਇੱਥੇ ਪੈਸੇ ਇੱਥੇ ਆ ਕੇ ਮੰਗਦੇ ਨੇ, ਫਿਰ ਦੁਬਾਰੇ ਰੌਲਾ ਪਊ ਯਾਰ, ਇੱਥੇ ਆ ਕੇ ਪੈਸੇ ਦੇ, ਇਹਨਾਂ ਨੇ ਦੁਬਾਰੇ ਮੰਗਣੇ ਨੇ, ਫਿਰ ਔਖਾ ਹੋ ਜੂ। ਸਹੀ ਗੱਲ ਹੈ, ਹੋਰ ਇੱਥੇ ਪੈਸੇ ਦੇ ਦੇ। ਸਵਰਨ ਕਿੱਥੇ ਹੈ, ਸਾਰੇ ਖਿਡਾਰੀ ਸਟੇਜ ਤੇ ਆ ਜਾਣ। ਚਾਬੀ ਕੌਣ ਲੈ ਗਿਆ ਰੇਡਰ ਵਾਲੇ ਮੋਟਰਸਾਈਕਲ ਦੀ, ਦੇਖਿਓ ਇਹ ਕੌਂਕਿਆਂ ਨੂੰ ਗਿਆ, ਚਲੋ ਕੋਈ ਆਪਾਂ ਸਾਰੇ ਖਿਡਾਰੀਆਂ ਦੇ ਧੰਨਵਾਦੀ ਹਾਂ। ਇੱਕ ਸੁਲਤਾਨ ਸ਼ਮਸਪੁਰੀ ਨੂੰ ਕੌਂਕਿਆਂ ਲਈ ਖੇਡਿਆ, ਦੂਜਾ ਅਮਨ ਕੌਂਕਿਆਂ ਵਾਲਾ ਕੌਂਕਿਆਂ ਲਈ, ਦੋਨੋਂ ਕੌਂਕਿਆਂ ਨੂੰ ਗਏ। ਬੁਲਾਉਂਦੇ ਜੀ, ਜੇ ਫੋਟੋ ਖਿਚਾ ਲੈਣਗੇ ਕੋਈ ਵੀਰਾਂ ਨੂੰ ਸਾਡੇ, ਕਿਉਂਕਿ ਚੇਤੇ ਨੇ ਉਹਨਾਂ ਦੇ। ਸੁਲਤਾਨ ਆ ਜਾ ਨੇੜੇ ਨੂੰ, ਸੁਲਤਾਨ ਗੋਰੇ ਕੋਲੇ ਫੋਟੋ ਭੇਜ ਦੇਣ ਪਹਿਲਾਂ ਸਾਰਿਆਂ ਤੋਂ। ਆਓ ਜੀ ਸੰਦੀਪ ਆ ਗਿਆ, ਜਿਹਨੂੰ ਪੈਸੇ ਦਿਓ, ਨਾਲੇ ਸਨਮਾਨਿਤ ਕਰੋ, ਉੱਪਰ ਆ ਜਾਓ, ਉੱਪਰ ਸੰਦੀਪ, ਉੱਪਰ ਆ ਜਾ,
ਆ ਸੰਦੀਪ ਨੂੰ ਸਨਮਾਨ ਠੇਕੇਦਾਰ ਦੀ ਗਰਾਊਂਡ ਜਾਣ ਸਾਡੇ ਵੀਰ ਅਮਨ ਠੇਕੇਦਾਰ ਜੀ ਦਾ ਯਾਰ ਰੋਇਆ ਸੰਦੀਪ ਦੇ ਰੇਡਾ ਤੇ ਲੱਗਿਆ ਸੀ ਤੇ ਨਾਲ ਟਰਾਫੀ ਜਸ਼ਨ ਆ ਮੋਟਰਸਾਈਕਲ ਦੀ ਚਾਬੀ ਜਿਹੜਾ ਕੋਈ ਲੈ ਕੇ ਗਿਆ ਪਲੀਜ਼ ਸਾਡੇ ਕੋਲ ਪਹੁੰਚਾ ਦਿਓ ਆ ਸਨਮਾਨ ਦਿਓ ਜੀ ਪਾਲੀ ਜੀ ਚਾਬੀ ਦਿਓ ਜੀ ਮੋਟਰਸਾਈਕਲ ਜਿਹੜਾ ਬਸ ਚ ਰੇਡਰ ਦਾ ਹਾਂਜੀ ਖੁੱਲੀ ਕਰ ਲਓ ਥੋੜੀ ਸਟੇਜ ਜਸ਼ਨ ਸਾਡੇ ਭਰਪੂਰ ਸਿੰਘ ਜੀ ਭੂਰਾ ਸਾਰੇ ਪ੍ਰਭਾ ਪਾਲਾ ਜੀ ਹਾਂਜੀ ਮਨਜੀਤ ਜੀ ਆ ਦਿਓ ਜੀ ਆ ਦਿਓ ਜੀ ਸੰਦੀਪ ਲੱਦਰ ਰਾਜ ਖੇਪਲ ਰਿੰਕੂ ਚਨੇੜੀ ਨਿੰਦੀ ਬੇਨੜਾ ਨਾਲ ਹੀ ਅਮਨਾ ਕੌਂਕੇ ਸੁਲਤਾਨ ਸਮਸਪੁਰ ਨਾੜ ਝੋਟ ਸੰਦੀਪ ਬੱਸੀਆਂ ਇਹ ਸਾਰੇ ਸਟਾਰ ਆ ਜਾਣ ਅਸੀਂ ਸਨਮਾਨਿਤ ਕਰਨਾ ਹੈ ਬਹੁਤ ਬਹੁਤ ਧੰਨਵਾਦ ਸੰਦੀਪ ਲੱਦਰ ਦਾ ਸਨਮਾਨ ਹੋ ਰਿਹਾ ਹੈ ਬਹੁਤ ਬਹੁਤ ਧੰਨਵਾਦ ਰਿੰਕੂ ਚਨੇੜੀ ਰਿੰਕੂ ਚਨੇੜੀ ਸਾਡੇ ਏਰੀਏ ਦਾ ਸਟਾਰ ਰਿੰਕੂ ਨੂੰ ਸਨਮਾਨਿਤ ਕਰੋ ਜੀ ਦਿਓ ਜੀ ਦਿਓ ਸਾਡੇ ਗੁਰਦੀਪ ਸਿੰਘ ਜੀ ਸਰਪੰਚ ਸਾਹਿਬ ਗਰਾਊਂਡ ਤੇ ਜਾਣ ਰਿੰਕੂ ਚਨੇੜੀ ਧੰਨਵਾਦ ਸਰ ਜੀ ਰਾਜ ਖੇਪਲ ਸੁਲਤਾਨ ਸਮਸਪੁਰ ਸੈਕਿੰਡ ਵਾਰ ਜਿਸਨੇ ਮੋਟਰਸਾਈਕਲ ਜਿੱਤਿਆ ਸੁਲਤਾਨ ਨੇ ਆਪਣੇ ਟੂਰਨਾਮੈਂਟ ਤੇ ਪਾਲਾ ਜੀ ਹਾਂਜੀ ਗ੍ਰਾਮ ਪੰਚਾਇਤ ਸਾਰੀ ਗ੍ਰਾਮ ਪੰਚਾਇਤ ਗਰਾਊਂਡ ਦੇ ਵਿੱਚ ਪੁੱਜ ਜਾਵੇ ਸਾਡੀ ਫੱਗੂ ਵਾਲਾ ਸਮੁੱਚੀ ਗ੍ਰਾਮ ਪੰਚਾਇਤ ਰਾਜ ਖੇਪਲ ਸੁਲਤਾਨ ਸਮਸਪੁਰ ਦਾ ਸਨਮਾਨ ਹੋ ਰਿਹਾ ਹੈ ਰਾਜ ਖੇਪਲ ਸਾਡੀ ਖੇਡ ਕਬੱਡੀ ਦਾ ਬਹੁਤ ਹੀ ਹਰਮਨ ਪਿਆਰਾ ਓਲਡ ਸਟਾਰ ਲੰਮੇ ਸਮੇਂ ਤੋਂ ਲੰਬੇ ਪਾਰੀ ਖੇਡਣ ਵਾਲਾ ਖਿਡਾਰੀ ਰਾਜ ਖੇਪਲ ਨਿੰਦੀ ਬੇਨੜਾ ਹਾਂਜੀ ਸਾਡੇ ਮਨਜੀਤ ਬਾਈ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਰੋਸ਼ਨ ਵਾਲਾ ਦਾ ਜਿਨ੍ਹਾਂ ਨੇ ਸੁਲਤਾਨ ਨੂੰ ਬਹੁਤ ਮਾਣ ਦਿੱਤਾ ਹੈ ਜਸ਼ਨ ਰਾਜ ਖੇਪਲ ਰਾਜ ਖੇਪਲ ਦਾ ਸਨਮਾਨ ਹੋ ਰਿਹਾ ਨਿੰਦੀ ਬੇਨੜਾ ਸੰਦੀਪ ਬੱਸੀਆਂ ਆ ਜਾ ਬਾਈ ਸੰਦੀਪ ਅਮਨ ਕੌਂਕੇ ਨਿੰਦੀ ਆ ਜਾ ਬਾਈ ਜਲਦੀ ਕਰਵਾ ਲਓ ਉਸ ਤੋਂ ਬਾਅਦ ਆਪਾਂ ਇਨਾਮ ਜਿਹੜੇ ਅਮਨ ਕੌਂਕੇ ਸੰਦੀਪ ਬੱਸੀਆਂ ਆ ਗਿਆ ਜੀ ਰਾਜ ਖੇਪਲ ਤੋਂ ਬਾਅਦ ਸੰਦੀਪ ਬੱਸੀਆਂ ਆ ਗਿਆ ਬਜੀ ਸੰਦੀਪ ਬੱਸੀਆਂ ਦਾ ਸਨਮਾਨ ਜਥੇਦਾਰ ਜਗੀਰ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਨਿੰਦੀ ਬੇਨੜਾ ਸਾਡਾ ਨਾੜ ਝੋਟ ਅਮਨਾ ਕੌਂਕੇ ਇਹ ਖਿਡਾਰੀ ਆ ਜਾਣ ਨਾੜ ਝੋਟ ਦੇ ਅਮਨ ਕੌਂਕੇ ਵੀ ਆ ਜਾਣ ਨਿੰਦੀ ਬੇਨੜਾ ਸਾਡਾ ਵੀਰ ਜਿਸਨੇ ਆਪਣੀ ਜ਼ੋਰ ਦੇ ਨਾਲ ਆਪਣੀ ਟੀਮ ਨੂੰ ਫਾਈਨਲ ਦੇ ਵਿੱਚ ਪਹੁੰਚਾਇਆ ਅੱਜ ਪੰਜਾਬ ਦੀਆਂ ਵੱਡੀਆਂ ਟੀਮਾਂ ਨੂੰ ਟੱਕਰ ਦਿੱਤੀ ਬਹੁਤ ਬਹੁਤ ਧੰਨਵਾਦ ਸਾਡਾ ਅਮਨ ਕੌਂਕੇ ਨਾੜ ਝੋਟ ਹਾਂਜੀ ਹਾਂਜੀ ਨਿੰਦੀ ਬੇਨੜੇ ਦਾ ਬਹੁਤ ਸਹਿਯੋਗ ਆ ਸਾਡੇ ਟੂਰਨਾਮੈਂਟ ਨੂੰ ਪੂਰੀਆਂ ਟੀਮਾਂ ਬੁਲਾਈਆਂ ਨੇ ਨਿੰਦੀ ਨੇ ਬਹੁਤ ਬਹੁਤ ਧੰਨਵਾਦ ਲੱਭੀ ਦਾ ਆਪਰੇਸ਼ਨ ਹੋਇਆ ਉਹ ਇਸ ਕਰਕੇ ਨਹੀਂ ਖੇਡਿਆ ਨਾੜ ਝੋਟ ਨਾੜ ਝੋਟ ਤੋਂ ਬਾਅਦ ਸਾਡਾ ਅਮਨ ਕੌਂਕੇ ਅਮਨ ਕੌਂਕੇ ਬੈਸਟ ਸਟਾਪਰ ਵੀ ਹੈ ਸੱਤ ਬਾਲ ਜੀ ਸਾਰੀ ਕਮੇਟੀ ਖੜੀ ਆ ਗ੍ਰਾਮ ਪੰਚਾਇਤ ਖੜੀ ਆਪਾਂ ਨਾਮ ਮੰਡਦੀ ਇਧਰੋਂ ਤੁਰ ਜੇ ਤੇ ਬਾਕੀ ਦੇ ਉਧਰ ਭੇਜ ਦਿਓ ਠੀਕ ਹੈ ਜੀ ਇਹ ਵੀ ਕਰ ਲਓ ਜੀ ਮੈਂ ਇਧਰ ਬਸ ਦੋ ਇੱਕ ਬੰਦਾ ਰਹਿ ਗਿਆ ਸੈਕਿੰਡ ਟੀਮ ਆ ਜਿਹੜੀ ਬਾਬਾ ਬੁੱਢਾ ਕਲੱਬ ਇਹਨਾਂ ਅਮਨ ਕੌਂਕੇ ਉਹ ਆਪਣਾ ਪ੍ਰਾਈਜ਼ ਲੈ ਲਵੇ ਹਾਂਜੀ ਹਾਂਜੀ ਇੱਕ ਬੰਦਾ ਰਹਿ ਗਿਆ ਅਮਨ ਕੌਂਕੇ ਜੋ ਸਾਡਾ ਬੈਸਟ ਪਲੇਅਰ ਆ ਗੁੱਡ ਵਿਸ਼ ਹੈ ਸਰਦਾਰ ਮਨ ਇਸ ਖਿਡਾਰੀ ਲਈ ਹਰੀ ਸਿੰਘ ਜੀ ਚੇਅਰਮੈਨ ਸਾਹਿਬ ਉਹ ਵੀ ਖੇਡ ਮੈਦਾਨ ਵਿੱਚ ਆ ਜਾਣ ਸਰਦਾਰ ਹਰੀ ਸਿੰਘ ਜੀ ਚੇਅਰਮੈਨ ਸਾਹਿਬ ਅਮਨ ਕੌਂਕੇ ਦਾ ਸਨਮਾਨ ਉਸ ਤੋਂ ਬਾਅਦ ਸੰਧੂ ਸਾਹਿਬ ਰਾਜ ਨਿੰਦੀ ਸਾਰੇ ਨਾਮ ਲਓ ਆ ਕੇ ਬਹੁਤ ਬਹੁਤ ਹੁਣ ਮੈਂ ਤੁਹਾਡੇ ਹਵਾਲੇ ਜੀ ਸੰਧੂ ਸਾਹਿਬ ਮੈਂ ਹੁਣ ਤੁਹਾਡੇ ਹਵਾਲੇ ਮੈਂ ਕਿਹਾ ਇੱਧਰ ਸਾਡਾ ਕੰਮ ਹੋ ਗਿਆ ਤੇ ਤੁਸੀਂ ਇਨਾਮ ਬਣਾ ਦਿਓ ਥੈਂਕ ਯੂ ਬਹੁਤ ਬਹੁਤ ਹੈਲੋ ਸੇਵਕ ਆਹ ਮਾਈਕ ਨਾ ਬੰਦ ਕਰ ਦਿਓ ਬਾਬਾ ਬੁੱਢਾ ਕਲੱਬ ਇਹਨਾਂ ਆਪਦੇ ਫੱਗੂ ਵਾਲੇ ਦੇ ਕਬੱਡੀ ਕੱਪ ਦੀ ਮਹਾਨ ਆਜ਼ਾਦੀ ਘੁਲਾਟੀਏ ਜਥੇਦਾਰ ਜੰਗੀਰ ਸਿੰਘ ਜੀ ਸਪੋਰਟਸ ਐਂਡ ਵੈਲਫੇਅਰ ਕਲੱਬ ਫੱਗੂ ਵਾਲੇ ਦੇ ਕਬੱਡੀ ਕੱਪ ਦੀ ਜਿਹੜੀ ਸੈਕਿੰਡ ਟੀਮ ਆਪਣਾ ਨਾਮ ਲੈਣ ਵਾਸਤੇ ਪੁੱਜੇ ਜੀ ਸਾਡੀ ਗ੍ਰਾਮ ਪੰਚਾਇਤ ਸਾਡੇ ਅਮਨ ਠੇਕੇਦਾਰ ਜੀ ਸਰਪੰਚ ਸਾਹਿਬ ਤੇ ਨਾਲ ਹਰੀ ਸਿੰਘ ਜੀ
चेयरमैन सर सारी प्रबंधकी कमेटी इनाम डिस्ट्रीब्यूट करेगी। आओ जी किरण मिट्टी जी साढ़े अपने समय के प्रसिद्ध कबड्डी खिलाड़ी सारे उन्होंने नाल आओ जी राज खेपर आओ जी उधर इनाम लो सारी टीम मेहंदी वेलड़ा कप भी लगे तो लगे आ जाओ जी किरण सैकंड टीम सैकंड नाम लेके आओ जी हाँ जी सैकंड पहला सैकंड निंदी बेनड़े का बहुत बहुत धन्यवाद है जिन्हों की इस नगर के नाल गुड़ी रिश्तेदारी भी है हुण ते बहुत सारिया टीम बुलाउण दे विच साडा बहुत वड्डा सहयोग किया अंतरराष्ट्रीय कबड्डी खिडारी निंदी बेनड़े का मैं लखे फगू वाले वालों गुरप्रीत वालों बहुत बहुत धन्यवाद करदा जो नज़दीकी रिश्तेदार भी ने ते टीम बुलाउण दे विच भी बहुत वड्डा सहयोग ते आप भी वधिया गेम दिखाई निंदी बेनड़े का सारी क्लब वालों बहुत बहुत धन्यवाद जी बाबा रोडी शाह कबड्डी क्लब कौंके आओ जी सारे खिलाड़ी कौंके में खिलाड़ी आ दो बाबा रोडी शाह कबड्डी क्लब कौंके फर्स्ट टीम आज दे फगू आज दे कबड्डी कप दी सरदार इकबाल सिंह दी पाला वो भी कृपा करके ग्राउंड दे विच आ जाण जिहड़े प्राइज डिस्ट्रीब्यूट कर रहे हैं पाला जी आ जाओ हेलो इक्की आना भाई इधर आ जाओ आ रहे सारा समान पे अपना जी अमन मोटू भी आज नाम लो जी अमन मोटू तो आज इनाम लो अपने कौके की टीम जी फस्ट है आज कबड्डी करनी नार झोट वर्गे मोटे वर्गे गगन वर्गे टिंडे वर्गे बस्सिया का संदीप कहते भी दुनिया के करीब सुपरस्टार आज इस धरती से पुजे अपना नाम लेंदे हुए है मुबारकबाद कौके इस टीम में क्योंकि ना चलता खेल मैदानों में मेरे भी इन्होंने टीम का भावे बड़े बड़ी टीम की गल भावे बाबा बुढ़ा क्लब बेलड़ा की गल भावे कौके की गल भावे बुरधरी सिंह की गल मेरे भी भावे चांगली की गल भावे थैंक यू जी सत श्री अकाल मुबारकबाद दोनों टीमों ने दोनों जेतु टीमों ने जेतु प्लेयर मोटरसाइकिल जेतु प्लेयर मुबारकबाद है थैंक यू बहुत बहुत शुक्रिया प्रतपाल सिंह जी प्रतपाल सिंह जी लखे आके मिल लगे प्रतपाल साहब भी लखे आके मिले प्रतपाल कमान जी प्रतपाल कमान जी जिथे भी आवाज सुनते हैं लखे जी आके मिल लैन प्रतपाल कमान जी सो मुबारकबाद है आज दे सारे जेतु खिलाड़ियों ने भावे सैकंड है भावे फर्स्ट है भावे मोटरसाइकिल जेतु है सारे खिलाड़ियों ने मुबारकबाद है सुल्तान
ਲੈ ਹੁਣ ਮੋਟਰਸਾਈਕਲ ਲੈਣਾ ਮਨਦੀਪ ਟਵਾਣਾ ਕਾਲੇ ਕਪਿਆਲ ਵਾਲੇ ਨੂੰ ਮਿਲ ਲਵੇ ਜੀ, ਜਿੱਥੇ ਵੀ ਆਵਾਜ਼ ਸੁਣਦਾ ਸਾਡਾ ਵੀਰ, ਜਿੱਥੇ ਸਟੇਜ ਆ ਹੁਣ ਉਹਨੂੰ ਕੀ ਪਤਾ ਤੂੰ ਕਿੱਥੇ ਖੜਾ, ਆ ਸਟੇਜ ਕੋਲ ਆ ਜਾ। ਕਲੱਬ ਮੈਂਬਰ ਬਈ ਕੋਈ ਨਾ ਜਾਵੇ, ਸਾਰੇ ਕਲੱਬ ਵੈਰਾਂ ਨੂੰ ਬੇਨਤੀ ਹੈ ਬਈ ਇਹ ਕੋਈ ਨਾ ਜਾਵੇ ਵੀਰੇ, ਜਿੰਨੇ ਵੀ ਕਲੱਬ ਮੈਂਬਰ ਨੇ ਬਈ ਕੋਈ ਨਾ ਜਾਵੇ ਬਈ, ਆਪਣਾ ਬਹੁਤ ਅਜੇ ਸਮਾਨ ਸਾਂਭਣਾ ਆਪਾਂ ਨੇ। ਬਾਕੀ ਹੋਰ ਵੀ ਕੋਈ ਵੀ ਰਹਿ ਸਕਦਾ, ਕੋਈ ਗੱਲ ਨਹੀਂ। ਮਨਦੀਪ ਕਾਲੇ ਨੂੰ ਆ ਕੇ ਮਿਲ ਲਵੇ, ਮਨਦੀਪ ਕਾਲੇ ਨੂੰ ਮਿਲ ਲਵੇ, ਉਹ ਸਪੀਕਰਾਂ ਕੋਲੇ ਖੜਦਾ ਜਿੱਥੇ ਪਿਆਰਾ ਲਿਖਿਆ ਸਪੀਕਰ ਲੱਗੇ ਨੇ ਉੱਥੇ ਖੜਦਾ, ਕਾਲਿਆ ਇੱਥੇ ਆ ਕੇ ਮਿਲ ਲੈ ਮਨਦੀਪ ਨੂੰ, ਪੂਰੀ ਆ ਘਰਾਚੋਂ ਵਾਲਾ ਆਪਣੇ ਸਮੇਂ ਦਾ ਖਿਡਾਰੀ, ਧੰਨਵਾਦ। ਹੈਲੋ, ਤੇ ਉਧਰ ਸੰਦੀਪ ਲੋਧਰ ਕਹਿੰਦਾ ਕਿ ਮੇਰਾ ਯੂਐਸਏ ਦਾ 10 ਸਾਲਾਂ ਦਾ ਵੀਜ਼ਾ ਲੱਗਿਆ, ਅਗਲੇ ਸਾਲ ਕਹਿੰਦਾ